ਸਾਰਿਆਂ ਹੀ ਸਰੋਤਿਆਂ ਨੂੰ ਬਹੁਤ ਸਾਰਾ ਸਲਾਮ ਅਤੇ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਡਾ ਵੀਰ ਭੁਪਿੰਦਰ ਸਿੰਘ ਲਵਲੀ ਅਤੇ ਇੱਕ ਵਾਰੀ ਫਿਰ ਮੈਂ ਪਾਕਿਸਤਾਨ ਦੀ ਧਰਤੀ ਤੋਂ ਆਪ ਜੀ ਦੇ ਨਾਲ ਰੂਬਰੂ ਹੈਗਾ। ਮੇਰਾ ਇਸ ਵਾਰ ਪਾਕਿਸਤਾਨ ਆਉਣਾ ਬੜਾ ਇੱਕ ਅਹਿਮ ਕੰਮ, ਜੇ ਮੈਂ ਆਖਾਂ ਕਿ ਮੇਰਾ ਇੱਕ ਖੁਆਬ ਸੀ। ਜਮਰੌਦ ਕਲੱਬ USA ਤੋਂ ਆ ਰਿਹਾ ਜੀ, ਅਤੇ ਉਹਨਾਂ ਨਾਲ ਆਪਾਂ ਨੈਕਸਟ 2 ਹਫ਼ਤੇ ਰਵਾਂਗੇ। ਹੁਣ ਤੁਹਾਡੇ ਜ਼ਿਹਨ 'ਚ ਇਹ ਗੱਲ ਜ਼ਰੂਰ ਆਏਗੀ ਕਿ ਜਮਰੌਦ ਕਲੱਬ ਕੀ ਚੀਜ਼ ਹੈ। ਜਮਰੌਦ ਕਲੱਬ ਇੱਕ ਸਾਡਾ ਪੰਜਾਬੀਆਂ ਦਾ ਇੱਕ ਐਸਾ ਇਦਾਰਾ ਹੈ, ਇੱਕ ਐਸੀ ਔਰਗਨਾਈਜੇਸ਼ਨ ਹੈ ਜਿਹਦਾ ਬਹੁਤ ਲੰਬਾ ਚੌੜਾ ਪਿਛੋਕੜ ਨਹੀਂ ਹੈ, ਲੇਕਿਨ ਮੈਂ ਐਜ਼ ਆ ਬ੍ਰੈਂਡ ਅੰਬੈਸਡਰ ਇਹਨਾਂ ਨਾਲ ਕੰਮ ਕਰ ਰਿਹਾ। ਸੋ ਜਮਰੌਦ ਕਲੱਬ ਦਾ ਕਿਆਮ ਇਸੇ ਕਰਕੇ ਹੋਇਆ ਸੀ ਕਿ ਪੂਰੀ ਦੁਨੀਆ ਦੇ ਵਿੱਚ ਹਰ ਇੱਕ ਸੋਸਾਇਟੀ ਦੇ, ਹਰ ਇੱਕ ਮੁਆਸ਼ਰੇ ਦੇ ਆਪਣੇ ਆਪਣੇ ਕਲੱਬਸ ਬਣੇ ਨੇ। ਰੋਟਰੀ ਕਲੱਬ ਹੋ ਗਿਆ, ਲਾਇਨਸ ਕਲੱਬ ਹੋ ਗਿਆ, ਔਰ ਇਹਨਾਂ ਦਾ ਪਿਛੋਕੜ ਬਹੁਤ ਤਗੜਾ ਹੈ, ਲੇਕਿਨ ਐਸੀ ਕੋਈ ਇਦਾਰਾ ਜਿਹੜਾ ਹੈ ਉਹ ਸਾਡਾ ਨਹੀਂ ਸੀਗਾ। ਸੋ ਜਦੋਂ ਇਸ ਉੱਪਰ ਆਪਾਂ ਸੋਚ ਵਿਚਾਰ ਕੀਤੀ ਅਤੇ ਅਸੀਂ ਇੱਕ ਕੋਸ਼ਿਸ਼ ਕੀਤੀ ਆਪਣੇ USA ਦਾ ਜਿਹੜਾ ਤਾਜਰ ਤਬਕਾ ਹੈ, ਜਿਹੜਾ ਬਿਜ਼ਨਸਮੈਨ ਤਬਕਾ ਹੈ, ਉਹਨਾਂ ਨਾਲ ਰਲ ਮਿਲ ਕੇ ਇੱਕ ਕਲੱਬ ਬਣਾਉਣ ਦੀ। ਸੋ ਇਹਦੇ ਵਿੱਚ ਬਹੁਤ ਸਾਰੇ ਲੋਕ ਇਕੱਲੇ ਇਕੱਲੇ ਸਾਡੇ ਕੋਲ ਆਉਂਦੇ ਰਹੇ, ਲੇਕਿਨ ਇਹਨੂੰ ਇੱਕ ਇਕੱਠਿਆਂ ਬੁਲਾਉਣਾ ਜਾਂ ਇਸ ਤਾਕਤ ਨੂੰ, ਜੋ ਵੱਖ ਵੱਖ ਤਾਕਤ ਹੈ, ਉਹਨਾਂ ਨੂੰ ਇਕੱਠੇ ਕਰਨਾ ਬੜਾ ਮੁਸ਼ਕਲ ਕੰਮ ਸੀ, ਲੇਕਿਨ ਆਪਾਂ ਆਪਣੇ ਦੋਸਤਾਂ ਰਾਹੀਂ, ਉਹਨਾਂ ਦੇ ਸਹਿਯੋਗ ਰਾਹੀਂ ਆਪਾਂ ਇਸ ਚੀਜ਼ ਨੂੰ ਇਕੱਠਾ ਕੀਤਾ। ਔਰ ਮੈਂ ਪਹਿਲੇ ਦੱਸਿਆ ਕਿ ਮੇਰਾ ਆਪ ਦਾ ਇੱਕ ਸੁਪਨਾ ਸੀ ਕਿ ਮੈਂ ਐਸੀ ਕੋਈ ਚੀਜ਼ ਤਖਲੀਕ ਕਰਾਂ ਜਾਂ ਐਸਾ ਕੋਈ ਇਦਾਰਾ ਬਣਾਵਾਂ ਜਿਹਦੇ ਰਾਹੀਂ ਬਹੁਤ ਸਾਰੇ ਜਿਹੜੇ ਪ੍ਰੋਬਲਮਸ ਨੇ ਜਾਂ ਜਿਹੜੀ ਸਾਡੀ ਸੋਚ ਹੈ, ਕਿਉਂਕਿ ਤੁਹਾਨੂੰ ਪਤਾ ਕਿ ਪਿਛਲੇ 10-12 ਸਾਲਾਂ ਤੋਂ ਮੈਂ ਜਿੱਥੇ ਸੋਸ਼ਲ ਮੀਡੀਆ ਦੇ ਨਾਲ ਤਾਲੁਕ ਹੈ ਮੇਰਾ, ਉੱਥੇ ਕੋਸ਼ਿਸ਼ ਰਹੀ ਹੈ ਕਿ ਜਿਹੜੇ ਸਾਡੇ ਵਿਛੜੇ ਗੁਰਤਾਮ ਨੇ ਜਾਂ ਜੋ ਦੋਵਾਂ ਪੰਜਾਬਾਂ ਦੀ ਵੰਡ ਹੈ, ਉਹਦੇ ਰਾਹੀਂ ਖਾਸ ਖਾਸ ਲੋਕਾਂ ਨੂੰ ਇਕੱਠਾ ਕੀਤਾ ਜਾਵੇ, ਜਿੱਥੇ ਦੋਵੇਂ ਪਰਿਵਾਰ ਮਿਲਣ, ਜਿੱਥੇ ਦੋਵਾਂ ਦੇਸ਼ਾਂ ਦੇ ਵਿੱਚ ਇੱਕ ਪਿਆਰ ਮੁਹੱਬਤ ਦਾ ਸੰਦੇਸ਼ ਦੇਈਏ, ਉੱਥੇ ਪੰਜਾਬੀਆਂ ਦੀ ਜਿਹੜੀ ਸਰਪ੍ਰਸਤੀ ਹੈ ਉਹਨੂੰ ਵੀ ਬਣਾਇਆ ਜਾਵੇ। ਸੋ ਇਸ ਵਾਰ ਪਹਿਲੀ ਵਾਰ ਇਹ ਜਮਰੌਦ ਕਲੱਬ ਦਾ ਜਿਹੜਾ ਹੈ ਉਹ ਕੰਮ ਜਿਹੜਾ ਇਕੱਠ ਹੈ ਉਹ ਹੋਣ ਜਾ ਰਿਹਾ ਹੈ। ਜਮਰੌਦ ਕਲੱਬ ਦਾ ਜਿਹੜਾ ਇੱਕ ਕਾਨਫਰੰਸ ਹੈ ਸਾਡੀ, ਉਹ ਹੋਣ ਜਾ ਰਹੀ ਹੈ, ਔਰ ਜ਼ਿਆਦਾਤਰ ਸਾਡੇ ਇਸ ਵਾਰ ਦੇ ਜਿਹੜੇ ਸਾਡਾ ਇਕੱਠ ਹੈ ਉਹਦੇ ਵਿੱਚ ਜ਼ਿਆਦਾਤਰ ਲੋਕ USA ਤੋਂ ਆ ਰਹੇ ਨੇ, ਕੈਲੀਫੋਰਨੀਆ ਤੋਂ ਆ ਰਹੇ ਨੇ, ਕੁਛ ਲੋਕ ਸਿਆਟਲ ਤੋਂ ਵੀ ਹੈਗੇ ਆ। ਇਹਨਾਂ ਦਾ ਇਕੱਠ ਹੋਣ ਜਾ ਰਿਹਾ। ਸੋ ਲੰਚ ਸਾਡਾ ਤਿਆਰ ਹੈਗਾ। ਸੋ ਆਓ, ਇੱਕ ਤਾਂ ਤੁਹਾਨੂੰ ਜਮਰੌਦ ਕਲੱਬ ਬਾਰੇ ਦੱਸ ਦੇ, ਨਾਲ ਦੇ ਨਾਲ ਤੁਹਾਨੂੰ ਆਪਣੇ ਸਾਰੇ ਮਹਿਮਾਨਾਂ ਦੇ ਨਾਲ ਮਿਲਾਉਂਦੇ ਹਾਂ, ਔਰ ਇਹ ਲਗਾਤਾਰ ਹੁਣ 14 ਦਿਨ ਜਿੱਥੇ ਜਿੱਥੇ ਆਪਾਂ ਜਾਵਾਂਗੇ ਤੁਸੀਂ ਵੀ ਸਾਡੇ ਨਾਲ ਹੋਵੋਗੇ। ਅਤੇ ਆਓ ਅੱਜ ਦੇ ਖੂਬਸੂਰਤ ਦਿਨ ਦੀ ਸ਼ੁਰੂਆਤ ਕਰਦੇ ਹਾਂ, ਤੁਹਾਨੂੰ ਆਪਣੇ ਸਾਰੇ ਹੀ ਮਹਿਮਾਨਾਂ ਦੇ ਨਾਲ ਮਿਲਾਉਂਦੇ ਹਾਂ ਜੀ। ਅਵਲ ਹਮ ਸਨਾ ਇਲਾਹੀ ਜੋ ਮਾਲਿਕ ਹਰ ਹਰ ਦਾ ਉਸ ਦਾ ਨਾਮ ਜਿਤਾਰਨ ਵਾਲਾ ਕਿਸੇ ਮੈਦਾਨ ਨਾ ਹਰਦਾ। ਰਣਜੀਤ ਸਿੰਘ ਸ਼ੇਰੇ ਪੰਜਾਬ ਦੀ ਧਰਤੀ ਤੇ ਹਜ਼ਰਤ ਅਲੀ ਬਿਨ ਉਸਮਾਨ ਹੁਜਵੇਰੀ ਦਾਤਾ ਗੰਜ ਬਖਸ਼ ਦੀ ਧਰਤੀ ਤੇ ਹਜ਼ਰਤ ਮਾਧੂ ਲਾਲ ਹੁਸੈਨ ਦੀ ਔਰ ਮੀਆਂ ਮੀਰ ਜੀ ਰਹਿਮਤੁੱਲਾ ਤਾਲਾ ਅਲੇ ਦੀ ਧਰਤੀ ਤੇ ਮੈਂ ਆਪਣੇ ਵੱਲੋਂ ਤੇ ਜਨਾਬ ਭੁਪਿੰਦਰ ਸਿੰਘ ਲਵਲੀ ਜੀ ਵੱਲੋਂ ਸਾਰਿਆਂ ਨੂੰ ਜੀ ਆਇਆਂ ਨੂੰ ਕਹਿਣਾ। ਪਿਓਲ ਮਰਤਬਤ ਹਾਜ਼ਰੀ ਨੇ ਸੀ ਵਕਾਰ ਕਿਸੇ ਪੰਜਾਬੀ ਵਾਲੇ ਲਾਹੌਰ ਲਈ ਆਖਿਆ ਸੀ ਕਿ ਉੱਚੇ ਬੁਰਜ ਲਾਹੌਰ ਦੇ ਜਿੱਥੇ ਬਲਦੇ ਚਾਰ ਮਿਸ਼ਾਲ
ਉੱਚੇ ਬੁਰਜ ਲਾਹੌਰ ਦੇ ਜਿੱਥੇ ਬਲਦੇ ਚਾਰ ਮਸ਼ਾਲ, ਇੱਥੇ ਮੀਆਂ ਮੀਰ ਦੀ ਬਸਤੀ, ਇੱਥੇ ਸ਼ਾਹ ਜਮਾਲ। ਇੱਕ ਪਾਸੇ ਦਾ ਦਾਤਾ ਮਾਲਿਕ, ਇੱਕ ਪਾਸੇ ਦਾ ਦਾਤਾ ਮਾਲਿਕ, ਇੱਕ ਪਾਸੇ ਦਾ ਮਾਧੂ ਲਾਲ, ਉੱਚੇ ਬੁਰਜ ਲਾਹੌਰ ਦੇ ਜਿੱਥੇ ਬਲਦੇ ਚਾਰ ਮਸ਼ਾਲ। ਤੁਸੀਂ ਸਾਰੇ ਸਾਡੇ ਮਹਿਮਾਨ, ਸਾਡੇ ਸਿਰਾਂ ਦਾ ਅਰਦਾਸ, ਅੱਜ ਇਸ ਧਰਤੀ ਤੇ ਪਰੋਣੇ ਹੋ, ਜਿਹੜੀ ਕਿ ਤੁਹਾਡੀ ਆਪਣੀ ਧਰਤੀ ਹੈ, ਤੁਹਾਡਾ ਆਪਣਾ ਘਰ ਹੈ। ਲਵਲੀ ਸਿੰਘ ਜੀ, ਜਨਾਬ ਰਣਜੀਤ ਸਿੰਘ ਸਾਹਿਬ ਇੱਥੇ ਤਸ਼ਰੀਫ ਫਰਮਾ ਨੇ, ਸਾਡੇ ਬੜੇ ਕਰਮ ਫਰਮਾ, ਬੜੇ ਪਿਆਰੇ ਉਹਨਾਂ ਦੇ ਵੀਰ ਜੀ ਬਜ਼ੁਰਗ ਜਨਾਬ ਮੋਦੀ ਸਾਹਿਬ ਵੀ ਤਸ਼ਰੀਫ ਕਰਦੇ ਨੇ ਇੱਥੇ। ਇਹਨਾਂ ਦੀ ਖਾਹਿਸ਼ ਔਰ ਕੋਸ਼ਿਸ਼ ਹੈ ਕਿ ਜਨਰੇਸ਼ਨ ਨੂੰ, ਦੋ ਕੌਮਾਂ ਦੀਆਂ ਜਿਹੜੀਆਂ ਦੋ ਜਨਰੇਸ਼ਨ ਨੇ ਜਿਹਨਾਂ ਦੇ ਵਿੱਚ ਗੈਪ ਹੈ, ਉਸ ਨੂੰ ਖਤਮ ਕੀਤਾ ਜਾਏ। ਮੈਨੂੰ ਅੱਜ ਬੜੀ ਖੁਸ਼ੀ ਹੋਈ ਕਿ ਇੱਥੇ ਸਾਡੇ ਕੁਝ ਸਰਦਾਰ ਬਜ਼ੁਰਗ ਆਪਣਿਆਂ ਪੁੱਤਰਾਂ ਨੂੰ ਨਾਲ ਲੈ ਕੇ ਆਏ, ਆਪਣਿਆਂ ਸ਼ਹਿਜ਼ਾਦਿਆਂ ਨੂੰ ਨਾਲ ਲੈ ਕੇ ਆਏ, ਔਰ ਉਹਨਾਂ ਨੇ ਇਸ ਗੱਲ ਦੀ ਅਹਿਮੀਅਤ ਨੂੰ ਸਮਝਿਆ ਕਿ ਅਸੀਂ ਇੱਕ ਜਨਰੇਸ਼ਨ ਦਾ ਤਾਲੁਕ ਜਿਹੜਾ ਕਿ 47 ਤੋਂ ਬਾਅਦ ਟੁੱਟ ਗਿਆ ਸੀ, ਔਰ ਕਿਤੇ ਨਾ ਕਿਤੇ ਉਹ ਕਦੀ ਜੁੜਦਾ ਹੈ, ਕਿਤੇ ਟੁੱਟਦਾ ਹੈ, ਕਦੀ ਜੁੜਦਾ ਹੈ, ਕਿਤੇ ਟੁੱਟਦਾ ਹੈ, ਉਸ ਨੂੰ ਟੁੱਟਣ ਨਾ ਦਿੱਤਾ ਜਾਏ, ਬਲਕਿ ਨਵੀਂ ਜਨਰੇਸ਼ਨ ਦੇ ਹੱਥ ਵਿੱਚ ਉਹ ਰੱਸੀ ਤੇ ਉਹ ਡੋਰ ਫੜਾ ਦਿੱਤੀ ਜਾਏ, ਤਾਂ ਕਿ ਇਹ ਸਿਲਸਿਲਾ ਫਿਰ ਕਦੀ ਵੀ ਨਾ ਟੁੱਟੇ ਤੇ ਹਮੇਸ਼ਾ ਵਾਸਤੇ ਚੱਲਦਾ ਰਹੇ। ਇਹ ਬੜੀ ਗੱਲ ਹੈ ਕਿ ਉਮਰ ਦੇ ਇਸ ਹਿੱਸੇ ਵਿੱਚ ਜਦੋਂ ਬਹੁਤ ਸਾਰੀਆਂ ਲੋਕਾਂ ਨੂੰ ਆਪਣੇ ਬੈੱਡ ਤੇ ਆਰਾਮ ਕਰਨਾ ਚਾਹੀਦਾ ਹੈ, ਆਪਣੇ ਘਰ ਆਰਾਮ ਕਰਨਾ ਚਾਹੀਦਾ ਹੈ, ਆਪਣੀ ਫੈਮਿਲੀ ਨੂੰ ਟਾਈਮ ਦੇਣਾ ਚਾਹੀਦਾ ਹੈ, ਉਹ ਇਸ ਮਾਂ ਧਰਤੀ ਦੇ ਨਜ਼ਾਰੇ ਵਾਸਤੇ, ਇਸ ਮਾਂ ਧਰਤੀ ਦੇ ਦਰਸ਼ਨ ਵਾਸਤੇ, ਇਸ ਮਾਂ ਧਰਤੀ ਨੂੰ ਵੇਖਣ ਵਾਸਤੇ ਇੱਥੇ ਆਏ ਹੋ। ਮੈਂ ਇਹ ਸਮਝਣਾ ਛੋਟੀ ਗੱਲ ਨਹੀਂ, ਇਹ ਬਹੁਤ ਵੱਡੀ ਗੱਲ ਹੈ, ਔਰ ਇਸ ਗੱਲ ਉੱਤੇ ਮੈਂ ਤੁਹਾਨੂੰ ਸਾਰਿਆਂ ਨੂੰ ਸੈਲਿਊਟ ਪੇਸ਼ ਕਰਨਾ, ਇਸ ਮੁਹੱਬਤ ਨੂੰ, ਉਮਰ ਦੇ ਇਸ ਹਿੱਸੇ ਵਿੱਚ ਪਿਆਰ ਨੂੰ ਤੁਹਾਨੂੰ ਸਾਰਿਆਂ ਨੂੰ ਸਲਾਮ ਪੇਸ਼ ਕਰਨਾ, ਸੈਲਿਊਟ ਪੇਸ਼ ਕਰਨਾ, ਸਾਰਿਆਂ ਨੂੰ ਧੰਨਵਾਦ ਆਖਣਾ। ਹੁਣ ਤੁਸੀਂ ਮੇਰੇ ਵਾਸਤੇ ਤਾਲੀਆਂ ਵਜਾਓ। ਸਰਫਰਾਜ਼ ਸਫੀ ਨੇ ਆਖਿਆ ਸੀ ਕਿ ਚੱਲਿਆ ਜਿਹਨੂੰ ਜੀ ਹੁੰਦੀ ਹੈ, ਚੱਲਿਆ ਜਿਹਨੂੰ ਜੀ ਹੁੰਦੀ ਹੈ, ਹੋਰ ਮੁਹੱਬਤ ਕੀ ਹੁੰਦੀ, ਚੱਲਿਆ ਜਿਹਨੂੰ ਜੀ ਹੁੰਦੀ ਹੈ, ਪਲੀਜ਼ ਹੋਰ ਮੁਹੱਬਤ ਕੀ ਹੁੰਦੀ ਹੈ। ਤੇ ਲਵਲੀ ਜੀ, ਤੇਰਾ ਮੁਖੜਾ ਵੇਖ ਕੇ ਸੋਚਾਂ, ਤੇਰਾ ਮੁਖੜਾ ਵੇਖ ਕੇ ਸੋਚਾਂ, ਐਸੀ ਸੂਰਤ ਵੀ ਹੁੰਦੀ ਹੈ, ਤੇਰਾ ਮੁਖੜਾ ਵੇਖ ਕੇ ਸੋਚਾਂ, ਐਸੀ ਸੂਰਤ ਵੀ ਹੁੰਦੀ ਹੈ, ਤੇ ਆਸ਼ਿਕ ਨਾ ਤੇ ਮੌਤੋਂ ਡਰਦੇ, ਬਲਬੀਰ ਜੀ, ਆਸ਼ਿਕ ਨਾ ਤੇ ਮੌਤੋਂ ਡਰਦੇ, ਨਾ ਬੁੱਲਾਂ ਤੇ ਸੀ ਹੁੰਦੀ ਹੈ, ਹਰ ਇੱਕ ਦਿਲ ਦੀ ਪ੍ਰੇਮ ਕਹਾਣੀ ਯਾਰੋ ਸੱਚੀ ਹੀ ਹੁੰਦੀ ਹੈ, ਹਰ ਇੱਕ ਦਿਲ ਦੀ ਪ੍ਰੇਮ ਕਹਾਣੀ ਯਾਰੋ ਸੱਚੀ ਹੀ ਹੁੰਦੀ ਹੈ, ਤੇ ਪਹਿਲੇ ਤੋੜ ਦੀ ਬੋਤਲ ਵਰਗੀ। ਮੈਨੂੰ ਪਤਾ ਸੀ ਇਹਦੇ ਤੇ ਮੈਨੂੰ ਬੜੀ ਦਾਦ ਮਿਲੀ, ਪਹਿਲੇ ਤੋੜ ਦੀ ਬੋਤਲ ਵਰਗੀ ਪੂਰੀ ਕਿੱਥੇ ਪੀ ਹੁੰਦੀ ਹੈ, ਪਹਿਲੇ ਤੋੜ ਦੀ ਬੋਤਲ ਵਰਗੀ ਪੂਰੀ ਕਿੱਥੇ ਪੀ ਹੁੰਦੀ ਹੈ, ਪਿਓ ਦਾ ਲੱਕ ਜੋ ਦੋਹਰਾ ਕਰਦੀ, ਪੈਗਾਮ ਦੀ, ਪਿਓ ਦਾ ਲੱਕ ਜੋ ਦੋਹਰਾ ਕਰਦੀ ਉਹ ਮਾੜੀ ਦੀ ਧੀ ਹੁੰਦੀ, ਪਿਓ ਦਾ ਲੱਕ ਭਾਵੇਂ ਮੇਰੇ ਪਿਛਲੇ ਸ਼ੇਰ ਤੇ ਬੀਬੀਆਂ ਮੈਨੂੰ ਦਾਤ ਨਹੀਂ ਦਿੱਤੀ, ਲੇਕਿਨ ਸ਼ੇਰ ਮੈਂ ਉਹਨਾਂ ਨਾਲ ਸੁਣੀ। ਔਰ ਯਾਰ ਸਫੀ, ਹੁਣ ਮੈਂ ਕੀ ਦੱਸਾਂ, ਯਾਰ ਸਫੀ
ਹੁਣ ਮੈਂ ਕੀ ਦੱਸਾਂ ਆਖਿਰ ਉਲਫਤ ਕੀ ਹੁੰਦੀ ਏ, ਚੱਲਿਆ ਜੀਨੂੰ ਜੀ ਹੁੰਦੀ ਏ, ਹੋਰ ਮੁਹੱਬਤ ਕੀ ਹੁੰਦੀ ਏ। ਮੇਰੇ ਖਿਆਲ ਮੇਂ ਮੈਨੇ ਕੁਛ ਵਕਤ ਆਪਕਾ ਜ਼ਿਆਦਾ ਲੈ ਲਿਆ, ਵਕਤ ਆਪਕਾ ਕੀਮਤੀ ਹੈ, ਮੈਂ ਇੰਤਹਾਈ ਅਦਬ ਔਰ ਮੁਹੱਬਤ ਕੇ ਸਾਥ ਇਤਮਾਸ਼ ਗੁਜ਼ਾਰ ਹੂੰ ਜਨਾਬ ਰਣਜੀਤ ਸਿੰਘ ਕਾਲੂ ਸਾਹਿਬ ਤਸ਼ਰੀਫ ਲਾਤੇ ਹੈਂ ਆਪਕੀ ਭਰਪੂਰ ਤਾਲੀਓ ਮੇਂ ਔਰ ਆਪਕੀ ਵੀਰ ਇਰਫਾਨ ਨੇ ਤੇ ਸਾਨੂੰ ਸੁੱਤਿਆਂ ਪਿਆਂ ਨੂੰ ਜਗਾਤਾ, ਜੋ ਸਾਡੀ ਥਕਾਵਟ ਇੱਕ ਦੋ ਦਿਨ ਸੀ ਮੈਨੂੰ ਲੱਗਦਾ ਉਹ ਵੀ ਠੀਕ ਹੋ ਰਹੀ ਹੈ। ਤੇ ਅਸੀਂ ਇੱਕ ਮਜ਼ਹਬ ਨੂੰ ਵੀ ਬਿਲੋਂਗ ਕਰਦੇ, ਮੈਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ਼ੁਰੂਆਤ। ਸੋ ਐਨੀਵੇਜ਼ ਤੁਹਾਨੂੰ ਪਤਾ ਤੇ ਮੇਰੇ ਵੀਰ ਸਾਰੇ ਬੈਠੇ ਹਨ ਤੇ ਕੁਛ ਦੋ ਮਾਈਕ ਆ ਗਿਆ, ਵਾਰੀ ਨਹੀਂ ਹੋਣੀ ਕਿਸੇ ਦੀ। ਸੋ ਮੈਂ ਪ੍ਰੋਮਿਸ ਕਰਦਾ ਕਿ ਮੈਂ 30 ਮਿੰਟ ਤੋਂ ਜ਼ਿਆਦਾ ਨਹੀਂ ਰਹਿਣਾ। ਮੈਂ ਤੁਹਾਨੂੰ ਮੋਟਾ ਮੋਟਾ ਅੱਜ ਦਾ ਪ੍ਰੋਗਰਾਮ ਜਾਂ ਆਪਣੇ ਅਗਲੇ 10-12 ਦਿਨਾਂ ਦਾ ਪ੍ਰੋਗਰਾਮ ਦੱਸ ਦਿੰਦੇ। ਸਭ ਤੋਂ ਪਹਿਲਾਂ ਤੇ ਜਿੱਦਾਂ ਇਹਨਾਂ ਨੇ ਜ਼ਿਕਰ ਕੀਤਾ ਨਾ, ਸਾਡੇ ਵਿਚਕਾਰ ਲਵਲੀ ਸਿੰਘ ਜੀ ਥੋੜ੍ਹਾ ਹੋਰ ਡਿਟੇਲਸ ਵਿੱਚ ਜਾਣਗੇ ਕਿ ਦੂਜੀ ਤੀਜੀ ਜਨਰੇਸ਼ਨ ਬੈਠੀ ਆ ਇੱਥੇ, ਉਹ ਵੀ ਇੱਕ ਹੋਰ ਦੇਖੋ ਇੰਡੀਆ, ਫਿਰ ਉਸ ਤੋਂ ਬਾਅਦ ਅਮੈਰੀਕਾ ਗਏ ਸੀ, ਅਮੈਰੀਕਾ ਤੋਂ ਪਹਿਲਾਂ ਪਾਕਿਸਤਾਨ, ਫਿਰ ਇੰਡੀਆ, ਫਿਰ ਅਮੈਰੀਕਾ, ਤਾਂ ਅੱਜ ਅਸੀਂ ਵਾਪਸ ਫਿਰ ਉੱਥੇ ਹੀ ਬੈਠੇ ਹਾਂ ਜਿੱਥੇ ਸਾਡੇ ਵੱਡੇ ਵਡੇਰੇ ਸੀ। ਸੋ ਇੱਕ ਬੜਾ ਮਾਣ ਮਹਿਸੂਸ ਕਰਨਾ ਚਾਹੀਦਾ ਬੈਠੇ ਵੀ ਨਾਲ ਅਸੀਂ ਅਗਲੀ ਜਨਰੇਸ਼ਨ ਲੈ ਕੇ। ਸੋ ਜਿਹੜਾ ਯੰਗ ਮਿਸਟਰ ਪੰਨੂ ਐਂਡ ਯੰਗ ਮਿਸਟਰ ਇਹਨਾਂ ਨੂੰ ਬਾਅਦ ਵਿੱਚ ਤੁਸੀਂ ਮਿਲੋਗੇ। ਕਿਸੇ ਚੀਜ਼ ਦੀ ਤੁਹਾਨੂੰ ਵਰੀ ਕਰਨ ਦੀ ਨਹੀਂ ਲੋੜ, ਰਹਿਣ ਤੋਂ ਖਾਣ ਪੀਣ, ਟਰੈਵਲ, ਸਿਕਿਉਰਿਟੀ, ਇਹ ਸਾਰੇ ਦਾ ਸਾਰਾ ਹੀ ਇੰਤਜ਼ਾਮ ਤੁਹਾਡੇ ਲਈ ਕੀਤਾ ਗਿਆ ਹੈ। ਮੈਂ ਬੀਬੀਆਂ ਖੁਸ਼ ਹੋ ਗਏ, ਮੈਨੂੰ ਮੈਸੇਜ ਮਿਲਿਆ ਸੀ ਵੀ ਅਸੀਂ ਸ਼ਾਪਿੰਗ ਵੀ ਕਰ ਸਕਦੇ ਹਾਂ। ਹਾਂ ਜ਼ਰੂਰ ਕਰ ਸਕਦੇ ਹਾਂ, ਅਸੀਂ ਰੋਜ਼ ਥੋੜ੍ਹਾ ਕੋਸ਼ਿਸ਼ ਕਰਾਂਗੇ ਕਿ ਟਾਈਮ ਨੂੰ ਜੇ ਆਪਾਂ ਅਰਲੀ ਹਾਂ, ਇੱਕ ਆਪਾਂ ਕਰਾਂਗੇ ਜਦੋਂ ਵਾਪਸ ਅਸੀਂ ਆ ਜਾਵਾਂਗੇ ਨਾ ਹੋਟਲ 'ਚ, ਅਗਰ ਕਿਸੇ ਨੇ ਲਾਹੌਰ ਜਿਹੜਾ 24 ਘੰਟੇ ਖੁੱਲ੍ਹਾ ਰਹਿੰਦਾ। ਸੋ ਜੇ ਕਿਸੇ ਨੇ ਬਾਅਦ 'ਚ ਸ਼ਾਪਿੰਗ ਕਰਨ ਜਾਣੀ ਹੈ ਸਾਡੇ ਨਾਲ, ਕਿਸੇ ਨੇ ਸੰਪਰਕ ਕਰ ਲੈਣ, ਜਿਹਨਾਂ ਰੈਸਟ ਕਰਨੀ ਹੋਗੀ ਉਹ ਰੈਸਟ ਕਰ ਸਕਦੇ ਆ, ਜਿਹਨਾਂ ਬਾਹਰ ਲਾਹੌਰ ਜਾਣਾ ਹੋ ਕਿ ਉਹ ਲਵਲੀ ਲਿਜਾ ਸਕਦੇ ਆ, ਅਸੀਂ ਜਿੱਥੇ ਵੀ ਸ਼ਾਪਿੰਗ ਕਰਨ ਵਾਸਤੇ। ਤੇ ਮੈਂ ਵੀਰਾਂ ਨੂੰ ਕਹੂੰਗਾ ਕਿ ਆਪਣੀਆਂ ਜੇਬਾਂ ਢਿੱਲੀਆਂ ਕਰ ਲਓ, ਖਰਚ ਜ਼ਰੂਰ ਹੋਣੇ, ਭਰ ਕੇ ਤਾਂ ਆਇਆ ਮੈਨੂੰ ਪਤਾ, ਭਰ ਕੇ ਹੁਣ ਬਸ ਢਿੱਲੀਆਂ ਹੀ ਕਰਨਗੀਆਂ ਤੇ ਫੇਰ ਹੀ ਹੋਣੀ। ਚਲੋ ਮੈਂ ਇੰਨਾ ਕੀ ਕਹਿਣਾ, ਤੇ ਇਸ ਦੇ ਨਾਲ ਹੀ ਜਿਹਦੇ ਜਿਹਦੇ ਸਤਿਕਾਰਯੋਗ ਹੈ ਅਸੀਂ ਅੱਜ ਇੱਥੇ ਬੈਠੇ ਹਾਂ, ਜਿਹਦੇ ਕਾਰਨ ਅਸੀਂ ਇੱਥੇ ਬੈਠੇ ਹਾਂ, ਸਾਡੇ ਸ਼ਰਧਾ ਵੀਰ, ਮੈਂ ਤਾਂ ਚਲੋ ਕਾਫੀ ਦੇਰ ਤੱਕ ਜਾਂਦਾ, ਮੋਦੀ ਸਾਹਿਬ ਬਹੁਤ ਦੇਰ ਤੇ ਹੀ ਜਾਂਦੇ ਆ, ਪਰ ਇਹ ਸੁਖਿੰਦਰ ਸਿੰਘ ਲਵਲੀ ਦੀ ਹਿਸਟਰੀ ਦੇ ਅਸੀਂ ਮੈਂ ਦੱਸਣਾ ਚਾਹੂੰਗਾ ਤੇ ਪੰਜਾਬ ਸਿੰਘ ਨੂੰ ਮੰਨਿਆ ਕਿ ਮੈਨੂੰ ਇੰਨਾ ਪਤਾ ਇਹਦਾ ਜਨਮ ਔਰ ਪਾਕਿਸਤਾਨ ਦਾ ਹੈ। ਇਹ ਜਦੋਂ ਪਾਰਟੀਸ਼ਨ ਦੇ ਟਾਈਮ ਤੇ ਇਹਨਾਂ ਦੀ ਫੈਮਿਲੀ ਗੁਰਦੁਆਰਾ ਸਾਹਿਬ ਦੀ ਨਨਕਾਣਾ ਸਾਹਿਬ ਦੀ ਸੇਵਾ ਕਰਦੀ ਸੀ। ਸੋ ਇਹਨਾਂ ਦੇ ਵੱਡੇ ਬਜ਼ੁਰਗਾਂ ਨੇ ਉਸ ਟਾਈਮ ਤੇ ਡਿਸਾਈਡ ਕੀਤਾ ਕਿ ਅਸੀਂ ਗੁਰਦੁਆਰਾ ਸਾਹਿਬ ਦੀ ਸੇਵਾ ਛੱਡ ਕੇ ਵੀ ਜਾਵਾਂਗੇ, ਜੋ ਜਿੰਨੇ ਜਾਣਾ ਚਲੇ ਗਏ ਅਸੀਂ ਇੱਥੇ। ਸੋ ਇਹ ਪਰਿਵਾਰ ਬਿਲਕੁਲ ਨਨਕਾਣਾ ਸਾਹਿਬ ਹੀ ਰਹਿੰਦਾ, ਮੈਨੂੰ ਕਿੰਨੇ ਸਾਲ ਹੋ ਗਏ ਆਪਣੇ ਘਰ ਵੀ ਰਹਿਣਾ, ਤਾਂ ਸਾਰੀਆਂ ਦੀਆਂ ਸਾਰੀਆਂ ਬੱਚੀਆਂ ਇਸ ਇਸ ਪਰਿਵਾਰ ਦੀਆਂ ਹੈ, ਲਵਲੀ ਸਿੰਘ ਦੀਆਂ ਭਤੀਜੀਆਂ ਨੇ ਸਾਰੀਆਂ। ਸੋ ਇਹ ਇਹ ਕੋਈ ਹਾਇਰਡ ਹੈਲਪ ਨਹੀਂ, ਪਰ ਇਹ ਸਾਡੇ ਸੇਵਾਦਾਰ ਹੀ ਨੇ, ਇਹ ਵੀ ਕਹਿੰਦੇ ਵੀ ਸਾਨੂੰ ਵੀ ਮੌਕਾ ਮਿਲੇ ਜੇ ਕੋਈ ਆਇਆ ਤਾਂ ਅਸੀਂ ਉਹਨਾਂ ਦੇ ਨਾਲ ਰੂਬਰੂ ਹੋ ਜਾਈਏ, ਤੇ
ਇਹਨਾਂ ਕੋਲ ਕਿਸੇ ਨੂੰ ਵੀ ਕੋਈ ਚੀਜ਼ ਵੀ ਚਾਹੀਦੀ ਹੈ ਝਿਜਕਣਾ ਨਹੀਂ। ਇਹ ਥੋੜ੍ਹੀਆਂ ਇੱਕ ਸੰਗ ਦੀਆਂ ਅਜੇ ਵੀ ਅਮਰੀਕਨ ਆਏ ਆ, ਪਤਾ ਨਹੀਂ ਕਿੱਦਾਂ ਦੇ ਹੋਣੇ, ਤੇ ਸਾਨੂੰ ਤਾਂ ਪਤਾ ਅਸੀਂ ਕਿੱਦਾਂ ਦੇ ਹਾਂ। ਸੋ ਅਸੀਂ ਬੜੇ ਸਿੰਪਲ ਜਿਹੇ ਹਾਂ, ਇਹਨਾਂ ਨਾਲੋਂ ਵੀ ਸਿੰਪਲ ਹੋਵਾਂਗੇ। ਸੋ ਇਹਨਾਂ ਦੇ ਨਾਲ ਤੁਸੀਂ ਵੀ ਬੈਠੇ, ਕਿਸੇ ਨੂੰ ਵੀ ਕੋਈ ਵੀ ਚੀਜ਼ ਹੈ ਤੁਸੀਂ ਜਾ ਕੇ, ਸਭ ਤੋਂ ਪਹਿਲਾਂ ਇਹਨਾਂ ਬੇਟੀਆਂ ਦਾ ਕੁਐਸਚਨ ਸੀਗਾ ਕਿ ਅਸੀਂ ਇਹਨਾਂ ਨੂੰ ਕਹਿਣਾ ਕੀ ਹੈ, ਬੁਲਾਈਏ ਕਿੱਦਾਂ। ਸੋ ਮੈਂ ਕਿਹਾ ਵੀ ਇਹ ਤਾਂ ਪਰਿਵਾਰ ਆ ਸਾਡਾ, ਅਤੇ ਮੈਂ ਸ਼ੁਰੂਆਤ ਆਪਣੇ ਪਰਿਵਾਰ ਤੋਂ ਕੀਤੀ। ਮੇਰੇ ਦੋ ਵੱਡੇ ਭਰਾ ਬੈਠੇ ਨੇ, ਮੇਰੀ ਭੈਣ ਬੈਠੀ ਆ, ਮੈਂ ਇਹਨੂੰ ਕਿਹਾ ਵੀ ਆਹ ਤਾਂ ਤੇਰੇ ਦੋ ਤੁਹਾਡੇ ਦੋ ਤਾਇਆ ਜੀ ਹੋ ਗਏ, ਅਤੇ ਆਹ ਭੂਆ ਹੋ ਗਈ, ਬਾਕੀ ਹੁਣ ਤੁਸੀਂ ਆਪਣੇ ਬੱਚਿਆਂ ਨਾਲ ਜਿਹੜੀ ਸੋ ਅਸੀਂ ਵੀ ਤੁਸੀਂ ਵੀ ਨਾ ਆਪਣੀਆਂ ਬੇਟੀਆਂ ਵਾਂਗ ਬਿਲਕੁਲ ਆਪਣੇ ਵਾਂਗ ਸਜੇ। ਬਹੁਤ ਹੀ ਬੀਬੀ ਆ, ਬਹੁਤ ਸਵੀਟ ਬੇਬੀ ਆ, ਮੈਂ ਇਹਨਾਂ ਨੂੰ 4-5 ਸਾਲ ਤੋਂ ਜਾਣਦਾ। ਇਹ ਵੈਰੀ ਹਾਈਲੀ ਐਜੂਕੇਟਿਡ, ਇਹ ਯੂਨੀਵਰਸਿਟੀ 'ਚ ਪੜ੍ਹਦੀਆਂ ਨੇ, ਕਈਆਂ ਨੇ ਕਰ ਲਈ ਆ। ਸੋ ਹੁਣ ਇਹਨੂੰ ਮੈਂ ਅੱਗੇ ਹੋਰ ਟਾਈਮ ਨਹੀਂ ਲੈਣਾ, ਮੈਂ ਭੁਪਿੰਦਰ ਸਿੰਘ ਲਵਲੀ ਨੂੰ ਕਹੂੰਗਾ ਕਿ ਤੁਸੀਂ ਆ ਕੇ ਜਿਹੜੇ ਸਾਡੇ ਵੀਰ ਆਏ ਆ ਇਹਨਾਂ ਦਾ ਧੰਨਵਾਦ ਕਰੀਏ, ਅਤੇ ਇਹਨਾਂ ਨੂੰ ਦੱਸੋ ਕਿ ਕਿਉਂ ਆਇਆ ਇੱਥੇ। ਸੋ ਭੁਪਿੰਦਰ ਸਿੰਘ ਜੀ ਆਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੁਹਾਡਾ ਸਾਰਿਆਂ ਦਾ ਮੈਂ ਤਹਿ ਦਿਲੋਂ ਧੰਨਵਾਦ ਕਰਦਾ ਹਾਂ, ਕਿਉਂਕਿ ਬਹੁਤ ਸਾਰੇ ਲੋਕ, ਬਹੁਤ ਸਾਰੇ ਵੀਰ, ਬਹੁਤ ਸਾਰੇ ਸਾਡੇ ਵੱਡੇ ਇਸ ਤਰ੍ਹਾਂ ਦੇ ਜਿਨ੍ਹਾਂ ਨੇ ਮੇਰੇ ਕੋਲੋਂ ਪੁੱਛਿਆ ਵੀ ਨਹੀਂ ਕਿ ਅਸੀਂ ਪਾਕਿਸਤਾਨ ਕਿਉਂ ਜਾ ਰਹੇ ਹਾਂ। ਜਦੋਂ ਮੈਂ ਉਹਨਾਂ ਨੂੰ ਆਖਿਆ ਕਿ ਅਸੀਂ ਪਾਕਿਸਤਾਨ ਦੇ ਵਿੱਚ ਇਹ ਪਲੈਨ ਕੀਤਾ ਹੈ, ਅਤੇ ਉਹਨਾਂ ਨੇ ਕਿਹਾ ਕਿ ਤੁਸੀਂ ਹੈਗੇ ਹੋ, ਮੈਂ ਕਿਹਾ ਹਾਂਜੀ, ਕਹਿੰਦਾ ਅਸੀਂ ਆ ਰਹੇ। ਸੋ ਇਹ ਮੇਰੇ ਵਾਸਤੇ ਇੱਕ ਬਹੁਤ ਵੱਡੀ ਗੱਲ ਸੀ, ਤੁਹਾਡੇ ਸਭ ਦਾ ਸਾਥ। ਸਾਡੇ ਕੋਲ ਇੱਕ ਸੋਚ ਸੀ ਜਿਹਦੇ ਉੱਪਰ ਅਸੀਂ ਪਿਛਲੇ 10 ਸਾਲਾਂ ਤੋਂ ਕੰਮ ਕੀਤਾ। 1947 ਦੇ ਉਹ ਲੋਕ, ਵਿਛੜੇ ਹੋਏ ਲੋਕ, ਮੇਰਾ ਖਿਆਲ ਹੈ ਕਿ ਅਸੀਂ ਕੰਮ ਨਹੀਂ ਕੀਤਾ, ਇਹ ਪਰਮਾਤਮਾ ਵੱਲੋਂ ਸਾਡੀ ਇੱਕ ਲਗਾਈ ਗਈ ਡਿਊਟੀ ਸੀਗੀ, ਔਰ ਤੁਸੀਂ ਸਾਰਿਆਂ ਨੇ ਉਹਨੂੰ ਬਹੁਤ ਪਿਆਰ ਦਿੱਤਾ, ਬਹੁਤ ਮੁਹੱਬਤ ਦਿੱਤੀ। ਸੋ ਅਸੀਂ ਹੁਣ ਇਸ ਸੋਚ ਨੂੰ ਥੋੜ੍ਹਾ ਜਿਹਾ ਬਦਲਣਾ ਚਾਹੁੰਦੇ ਸਾਂ। ਤੁਹਾਡੇ ਸਾਹਮਣੇ ਇੱਕ ਸ਼ਾਇਦ ਸਿਰਫ ਇੱਕ ਯਾਤਰਾ ਹੋਵੇਗੀ, ਲੇਕਿਨ ਸਾਡੇ ਨਾਲ ਬੈਠੇ ਨੇ ਗੁਰਮੇਜ ਸਿੰਘ ਕਾਲੋ ਜੀ। ਅਸੀਂ ਅੱਜ ਤੋਂ ਤਕਰੀਬਨ 1 ਸਾਲ ਪਹਿਲੇ ਮੇਰੇ ਕੋਲ ਆਏ, ਅਤੇ ਅਸੀਂ ਵਾਹਗਾ ਬਾਰਡਰ 'ਤੇ ਖੜ੍ਹੇ ਸੀ, ਅਤੇ ਮੈਂ ਤਾਂ ਉਹ ਪੁੱਛਿਆ ਕਿ ਜਾਣਾ ਕਿੱਥੇ ਆ। ਇਹਨਾਂ ਨੇ ਮੈਨੂੰ ਇੱਕ ਹੀ ਗੱਲ ਆਖੀ, ਲਵਲੀ ਪੁੱਤਰ ਅਸੀਂ ਬੰਗਾਲ ਜਾ ਸਕਦੇ ਹਾਂ। ਮੈਂ ਕਿਹਾ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਉਹ ਜਿਹੜਾ ਸਫ਼ਰ ਸੀ ਲਾਹੌਰ ਵਾਹਗਾ ਬਾਰਡਰ ਤੋਂ ਜਮਰੌਦ ਦੇ ਕਿਲ੍ਹੇ ਤੱਕ ਦਾ, ਉਹਦੇ ਵਿੱਚ ਅਸੀਂ ਇੱਕ ਸੋਚ ਬਣਾਈ ਕਿ ਅਸੀਂ ਦੁਨੀਆ ਦੇ ਵਿੱਚ ਜਿਹੜੇ ਜਿਸ ਤਰ੍ਹਾਂ ਲਾਈਨ ਕਲੱਬਸ ਹੈ, ਜਿਸ ਤਰ੍ਹਾਂ ਹੋਰ ਬਹੁਤ ਸਾਰੇ ਕਲੱਬਸ ਨੇ ਜਿਹੜੀ ਆਪਣੀ ਆਪਣੀ ਸੁਸਾਇਟੀਜ਼ ਵਾਸਤੇ ਕੰਮ ਕਰਦੇ, ਪਰ ਵਾਈ ਨੋਟ ਅਸੀਂ ਕਿਉਂ ਨਹੀਂ ਕੰਮ ਕਰ ਰਹੇ ਇਸ ਚੀਜ਼ ਵਾਸਤੇ। ਅਤੇ ਫਿਰ ਅਸੀਂ ਇਹ ਡਿਸਾਈਡ ਕੀਤਾ ਕਿ ਅਸੀਂ ਇੱਕ ਕਲੱਬ ਬਣਾਵਾਂਗੇ ਜਿਹਦਾ ਨਾਮ ਹੋਏਗਾ ਜਮਰੌਦ ਕਲੱਬ। ਔਰ ਅਸੀਂ ਇਹਦੇ ਵਿੱਚ ਸਾਨੂੰ ਸਾਡੇ ਕੋਲ ਇੱਕ ਸੋਚ ਸੀ, ਸਾਡੇ ਕੋਲ ਇੱਕ ਮੰਜ਼ਿਲ ਸੀ, ਲੇਕਿਨ ਉਹਦੇ ਉੱਪਰ ਤੁਰਨਾ ਕਿੱਦਾਂ ਸੀ ਉਹ ਸਾਨੂੰ ਨਹੀਂ ਪਤਾ। ਸੋ ਉਹਦੇ ਲਈ ਸਾਨੂੰ ਇੱਕ ਟੀਮ ਦੀ ਜ਼ਰੂਰਤ ਸੀ। ਉਹਦੇ ਵਿੱਚ ਅਸੀਂ ਤੁਹਾਨੂੰ ਰੋਜ਼ਾਨਾ ਦੇ ਬੇਸ 'ਤੇ ਇਸ ਤਰ੍ਹਾਂ ਦੇ ਲੋਕਾਂ ਨਾਲ ਮਿਲਵਾਵਾਂਗੇ ਜਿਨ੍ਹਾਂ ਨੇ ਐਕਚੁਅਲ ਦੇ ਵਿੱਚ ਸਾਡੀ ਬਹੁਤ ਹੈਲਪ ਕੀਤੀ। ਤੁਹਾਡੇ ਵਿੱਚ ਬਹੁਤ ਸਾਰੇ ਡਾਕਟਰਸ ਬੈਠੇ ਨੇ, ਬਹੁਤ ਸਾਰੇ
ਓਲੰਪੀਅਨਸ ਬੈਠੇ ਨੇ ਜਿਹੜੇ ਹਾਕੀ ਵਰਲਡ ਕੱਪ ਖੇਡੇ ਹੋਏ ਨੇ, ਬਹੁਤ ਸਾਰੇ ਇੰਜੀਨੀਅਰਸ ਬੈਠੇ ਹੋਏ ਨੇ, ਔਰ ਸਭ ਤੋਂ ਵੱਡੀ ਗੱਲ ਜੋ ਮੈਂ ਸਮਝਦਾ ਕਿ ਸਭ ਤੋਂ ਵੱਡੀ ਗੱਲ ਇਹਦੇ ਬਾਰੇ ਕਾਲੋ ਸਾਹਿਬ ਨੇ ਵੀ ਜ਼ਿਕਰ ਕੀਤਾ ਕਿ ਇੱਕ ਉਹ ਪੀੜ੍ਹੀ ਜਿਨ੍ਹਾਂ ਨੇ ਸਭ ਕੁਛ ਖੋਇਆ, ਜਿਨ੍ਹਾਂ ਵਿੱਚ ਹਰਦਿਆਲ ਸਿੰਘ ਔਲਖ ਸਾਹਿਬ ਸਾਡੇ ਨਾਲ ਬੈਠੇ ਨੇ, ਜਿਹੜੇ ਇਹਨਾਂ ਰਸਤਿਆਂ ਦੇ ਵਿੱਚ 47 ਦੇ ਵਿੱਚ ਸਭ ਕੁਛ ਛੱਡ ਕੇ ਜਿਨ੍ਹਾਂ ਨੂੰ ਜਾਣਾ ਪਿਆ, ਗੁਰਮੇਜ ਸਿੰਘ ਕਾਲੋ ਸਾਹਿਬ ਬੈਠੇ ਨੇ ਜਿਨ੍ਹਾਂ ਨੂੰ ਸਭ ਕੁਛ ਇੱਥੇ ਛੱਡ ਕੇ ਜਾਣਾ ਪਿਆ, ਅੱਜ ਉਹ ਵੀ ਸਾਡੇ ਨਾਲ ਬੈਠੇ ਨੇ, ਔਰ ਅੱਜ ਸਾਡੇ ਨਾਲ ਸਾਡੀ ਥਰਡ ਜਨਰੇਸ਼ਨ ਜਿਹੜੇ ਅਮੈਰੀਕਾ ਦੇ ਬੋਰ ਨੇ, ਸ਼ਹਿਬਾਜ਼ ਸਿੰਘ ਪੰਨੂ ਔਰ ਗੁਰਜੀਤ ਸਿੰਘ ਬਿਰਕ, ਇਹ ਸਾਡੀ ਅਗਲੀ ਜਨਰੇਸ਼ਨ ਵੀ ਬੈਠੀ ਹੋਈ ਹੈ। ਸੋ ਅਸੀਂ ਇਹ ਚਾਹੁੰਦੇ ਹਾਂ, ਸਾਡੇ ਕੋਲ ਇੱਕ ਸੋਚ ਹੈ, ਸਾਨੂੰ ਅਸੀਂ ਤੁਹਾਨੂੰ ਬਹੁਤ ਕੁਛ ਅੱਜ ਨਹੀਂ ਦੱਸ ਰਹੇ ਕਿਉਂਕਿ ਸ਼ਾਹੀ ਕਿਲ੍ਹੇ ਦੇ ਵਿੱਚ ਇੱਕ ਪ੍ਰਿੰਸਿਸ ਬੋਂਬਾ ਦੀ ਗੈਲਰੀ ਹੈ ਜਿਹਦੇ ਬਾਰੇ ਬਹੁਤ ਸਾਰੇ ਲੋਕ ਨਹੀਂ ਜਾਣਦੇ, ਔਰ ਉੱਥੇ ਇੱਕ ਐਸੀ ਪੇਂਟਿੰਗ ਹੈ ਜੋ ਮੈਂ ਸਮਝਦਾ ਕਿ ਉਹ ਕੋਹੇ ਨੂਰ ਹੀਰੇ ਤੋਂ ਵੀ ਮਹਿੰਗੀ ਹੈ, ਅਸੀਂ ਉਹਨੂੰ ਵੇਖਣ ਜਾਣਾ, ਔਰ ਕਿਲ੍ਹਾ ਜਿਹੜਾ ਹੈ ਉਹ 5 ਵਜੇ ਬੰਦ ਹੋ ਜਾਏਗਾ। ਬਹੁਤ ਸਾਰੀਆਂ ਗੱਲਾਂ ਨੇ ਇਤਿਹਾਸ ਦੀਆਂ ਅਸੀਂ ਕਰਦੇ ਰਹਾਂਗੇ, ਸੋ ਮੈਂ ਤੁਹਾਨੂੰ ਛੇਤੀ ਛੇਤੀ ਜੋ ਸਾਡੀ ਕਰੂ ਟੀਮ ਹੈ ਮੈਂ ਉਹਨਾਂ ਬਾਰੇ ਤੁਹਾਨੂੰ ਦੱਸਦਾ ਜਾਵਾਂ ਕਿ ਸਾਡੇ ਕੋਲ ਕੈਮਰਾਮੈਨ ਦੀ ਟੀਮ DOP ਜ਼ੀਸ਼ਾਨ ਸਾਹਿਬ ਨੇ, ਇਹਨਾਂ ਦੇ ਨਾਲ ਹੋਰ ਇਹਨਾਂ ਦੀ ਪੂਰੀ ਟੀਮ ਹੈ, ਇਹ ਤੁਹਾਡੀ ਹਰ ਇੱਕ ਮੂਵਮੈਂਟ ਕੈਪਚਰ ਕਰਨਗੇ, ਤੁਹਾਡੀਆਂ ਯਾਦਾਂ ਕੋਲ ਰੱਖਣਗੇ, ਔਰ ਇਹਦਾ ਫਿਊਚਰ ਤੁਹਾਡੇ ਬੱਚਿਆਂ ਤੱਕ ਵੀ ਉਹ ਚੀਜ਼ਾਂ ਪਹੁੰਚਣਗੀਆਂ। ਇਹਦੇ ਨਾਲ ਹੀ ਸਾਡੇ ਨਾਲ ਬਲਬੀਰ ਸਿੰਘ ਸਾਹਿਬ ਨੇ, ਇਹਨਾਂ ਦੀ ਇੱਕ ਪੂਰੀ ਟੀਮ ਹੈ ਜੋ ਤੁਹਾਡੀ ਸਮਾਨ ਦੀ ਹਿਫਾਜ਼ਤ ਤੋਂ ਲੈ ਕੇ ਤੁਹਾਡੀ ਹਰ ਤਰ੍ਹਾਂ ਦੀ ਹੈਲਪ ਕਰਨਗੇ। ਇਹਨਾਂ ਨਾਲ 4 ਵੀਰ ਹੋਰ ਨੇ, ਇਹ ਵੀ ਤੁਹਾਡੇ ਲਈ ਅਸੀਂ ਸਪੈਸ਼ਲ ਜਿਹੜੇ ਨੇ ਉਹ ਬੁਲਾਏ ਹੋਏ ਨੇ। ਇਸ ਤਰ੍ਹਾਂ ਮੈਂ ਸਪੈਸ਼ਲ ਸ਼ੁਕਰੀਆ ਅਦਾ ਕਰਾਂਗਾ, ਇੱਥੇ ਤਈਬਾ ਪ੍ਰਿੰਸਿਸ ਜੀ ਮੌਜੂਦ ਨੇ, ਇਹਨਾਂ ਦਾ ਬਹੁਤ ਸ਼ੁਕਰੀਆ ਕਿਉਂਕਿ ਇਹ UK ਹੁੰਦੇ ਨੇ, ਇਹ UK ਹੁੰਦੇ ਨੇ, ਅਤੇ ਜਦੋਂ ਮੈਂ ਇਹਨਾਂ ਨਾਲ ਗੱਲਬਾਤ ਕੀਤੀ ਤਾਂ ਇਹਨਾਂ ਨੇ ਕਿਹਾ ਕਿ ਮੈਂ ਜ਼ਰੂਰ ਆਊਂਗੀ ਤੁਹਾਡੇ ਨਾਲ ਹਰ ਤਰ੍ਹਾਂ ਦੀ ਹੈਲਪ ਕਰੂੰਗੀ। ਸੋ ਇਹਨਾਂ ਨੇ ਅੱਜ ਸਾਰਾ ਪ੍ਰੋਗਰਾਮ ਔਰਗਨਾਈਜ਼ ਕੀਤਾ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ। ਸਾਡੇ ਨਾਲ ਸਾਡੀਆਂ ਭਤੀਜੀਆਂ, ਅੱਛਾ ਇਹਨਾਂ ਦੀ ਖਾਸ ਗੱਲ ਇਹ ਹੈ ਸਾਡੀ ਬੱਚਿਆਂ ਦੀ ਕਿ ਸਾਰੀਆਂ ਹਜ਼ੂਰੀ ਰਾਗੀ ਨੇ ਨਨਕਾਣਾ ਸਾਹਿਬ ਦੀ। ਹਰ ਥਾਂ ਤੁਹਾਨੂੰ ਕੀਰਤਨ ਵੀ ਕਰਕੇ ਦੇਣਗੀਆਂ, ਤੁਹਾਡੀ ਸੇਵਾ ਵੀ ਕਰਨਗੀਆਂ, ਔਰ ਇਹ ਨਹੀਂ ਕਿ ਅਸੀਂ ਇਹਨੂੰ ਆਖਿਆ, ਇਹ ਮੇਰਾ ਲਾਊਡ ਸਪੀਕਰ ਔਨ ਸੀ ਅਤੇ ਅਸੀਂ ਗੱਲਬਾਤ ਕਰ ਰਹੇ ਸੀ ਅਤੇ ਇਹਨਾਂ ਨੇ ਆਖਿਆ ਕਿ ਅਸੀਂ ਤੁਹਾਨੂੰ ਜੁਆਇਨ ਕਰ ਸਕਦੇ ਹਾਂ। ਸੋ ਇਹਨਾਂ ਨੇ ਖੁਦ ਹੀ ਸੂਟ ਵਗੈਰਾ ਬਣਾ ਕੇ ਅਤੇ ਇਹ ਸਾਡੇ ਨਾਲ ਆ ਰਹੀਆਂ, ਇਹਨਾਂ ਦਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ, ਇਹ ਵੀ ਤੁਹਾਡੇ ਨਾਲ ਪੂਰੇ ਟ੍ਰਿਪ 'ਚ ਹੋਣਗੀਆਂ। ਇਸ ਤੋਂ ਇਲਾਵਾ ਸਾਡੇ ਨਾਲ ਸੈਯਦ ਇਰਫਾਨੁਲ ਹਸਨੀ ਸਾਹਿਬ, ਇਹ ਐਡਵੋਕੇਟ ਨੇ, ਵੈਸੇ ਤਾਂ ਮੁਸੰਨਫ ਵੀ ਨੇ, ਰਾਈਟਰ ਵੀ ਨੇ, ਇਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ, ਤੁਸੀਂ ਥੋੜ੍ਹੀ ਦੇਰ ਪਹਿਲੇ ਇਹਨਾਂ ਨੂੰ ਸੁਣਿਆ, ਇਹਨਾਂ ਨੇ ਹੋਸਟ ਕੀਤਾ ਸਾਨੂੰ, ਇਹ ਹਰਫਨ ਮੌਲਾ ਨੇ। ਅਗਰ ਕੋਈ ਇਹਨਾਂ ਨੂੰ ਬੁਲਾਵੇ ਕਿ ਬਈ ਕਿਸੇ 'ਤੇ ਤਾਵੀਜ਼ ਵਗੈਰਾ ਕਰਨਾ ਤਾਂ ਉਹ ਵੀ ਕਰਦੇ ਨੇ, ਵਿਹਲੇ ਟਾਈਮ 'ਚ ਇਹ ਸੁਰਮਾ ਵੀ ਵੇਚਦੇ ਨੇ, ਟੋਲ ਵੀ ਵਜਾ ਲੈਂਦੇ ਨੇ, ਮਤਲਬ ਕਿ ਜੋ ਮਰਜ਼ੀ ਤੁਸੀਂ ਇਹਨਾਂ ਕੋਲ ਕਰਾ ਸਕਦੇ। ਵੈਸੇ ਟੋਲ ਤੋਂ ਮੈਨੂੰ ਯਾਦ ਆਇਆ, ਤੁਹਾਡੇ ਵਿੱਚ ਇੱਕ ਬਹੁਤ ਖੂਬਸੂਰਤ ਸਿੰਗਰ ਵੀ ਬੈਠੇ ਹੋਏ ਨੇ ਅਤੇ ਉਹਨਾਂ ਨੂੰ ਵੀ ਅਸੀਂ ਸ਼ਾਮ ਨੂੰ ਟਾਈਮ ਦੇਵਾਂਗੇ, ਉਹ ਮੇਰੇ ਵੱਲ ਬੜੇ ਗੁੱਸੇ ਨਾਲ ਵੇਖ ਰਹੇ ਨੇ, ਪਰ ਮੈਂ ਉਹਨਾਂ ਦੀਆਂ ਅੱਖਾਂ 'ਚ ਅੱਖਾਂ ਨਹੀਂ ਮਿਲਾਉਣਾ ਚਾਹ ਰਹੇ। ਹਾਂਜੀ ਬਿਲਕੁਲ, ਇੱਥੇ ਸਾਡੇ ਨਾਲ ਨਫੀਸ ਸਾਹਿਬ ਮੌਜੂਦ ਨੇ, ਇਹ ਸਪੈਸ਼ਲੀ ਮੈਂ ਤੁਹਾਨੂੰ ਦੱਸਦਾ ਜਾਵਾਂ ਕਿ ਮੀਆਂ ਕਾਸ਼ਫ ਇਸ਼ਫਾਕ ਸਾਹਿਬ, ਸ਼ਾਇਦ ਤੁਸੀਂ ਜਾਣਦੇ ਹੋ, ਚੇਅਰਮੈਨ ਦੇ ਓਨਰ ਨੇ, ਉਹਨਾਂ ਨੇ ਸਪੈਸ਼ਲੀ ਸਾਡੇ ਨਾਲ ਇਹ ਭੇਜੇ ਹੋਏ ਨੇ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਲੋੜ ਹੈ। ਵੈਸੇ
ਕਿ ਪਾਕਿਸਤਾਨ ਦੇ ਵਿੱਚ ਜਿੰਨੇ ਪੁਰਾਣੇ ਟੀਵੀ ਸੀਰੀਅਲਸ ਤੁਸੀਂ ਵੇਖਦੇ ਸੀ ਇਹ ਇਹਨਾਂ ਦੀ ਕੰਪਨੀ ਸ਼ੂਟ ਆਊਟ ਕਰਦੀ ਸੀ। ਅਸੀਂ ਇਹਦਾ ਫਿਊਚਰ ਦੇ ਵਿੱਚ ਇਹਨਾਂ ਨਾਲ ਐਗਰੀਮੈਂਟ ਵੀ ਕਰ ਚੁੱਕੇ ਹਾਂ ਜੋ ਹਰੀ ਸਿੰਘ ਨਲਵਾ ਦੇ ਉੱਪਰ ਜਿਹਦੇ ਕਾਲੋ ਸਾਹਿਬ ਇੱਥੇ ਬੈਠੇ ਨੇ ਉਹਨਾਂ ਨੇ ਆਲਰੇਡੀ ਸਾਨੂੰ 2 ਮਿਲੀਅਨ ਪਾਕਿਸਤਾਨੀ ਰੁਪੀਸ ਦਿੱਤੇ ਨੇ ਹਰੀ ਸਿੰਘ ਨਲਵਾ ਦੀ ਡਾਕੂਮੈਂਟਰੀ ਲਈ ਔਰ ਅਸੀਂ ਇਹਨਾਂ ਨਾਲ ਸ਼ੂਟ ਆਊਟ ਕਰ ਰਹੇ ਹਾਂ। ਤੁਹਾਡੇ ਜਾਣ ਤੋਂ ਬਾਅਦ ਹੋ ਸਕਦਾ ਕਿਉਂਕਿ ਸਾਨੂੰ ਰਿਸਰਚ ਦੇ ਵਿੱਚ 2 ਸਾਲ ਲੱਗ ਚੁੱਕੇ ਨੇ। ਇਸ ਤੋਂ ਇਲਾਵਾ ਅਕਾਲੀ ਫੂਲਾ ਸਿੰਘ ਜੀ ਦੀ ਸਮਾਧ ਸ਼ਾਇਦ ਤੁਸੀਂ ਪਹਿਲੇ ਲੋਕ ਹੋਵੋ ਜੋ ਦਰਿਆਏ ਸਿੰਘ ਟੱਪ ਕੇ ਅਕਾਲੀ ਫੂਲਾ ਸਿੰਘ ਜੀ ਦੀ ਸਮਾਧ ਵੇਖੋਗੇ। ਇੱਕ ਇੱਕ ਦੋ ਦੋ ਲੋਕ ਗਏ ਨੇ ਲੇਕਿਨ ਜੱਥੇ ਦੇ ਵਿੱਚ ਬਣ ਕੇ ਤੁਸੀਂ ਪਹਿਲੀ ਵਾਰੀ ਸ਼ਾਇਦ ਉਹਨਾਂ ਥਾਵਾਂ 'ਤੇ ਜਾਓਗੇ। ਅਸੀਂ ਬਿਲਕੁਲ ਡਿਫਰੈਂਟ ਚੀਜ਼ ਬਾਕੀਆਂ ਨਾਲੋਂ ਜਿਹੜੇ ਲੋਕ ਆਉਂਦੇ ਨੇ ਉਹਨਾਂ ਨਾਲ ਬਿਲਕੁਲ ਡਿਫਰੈਂਟ ਨਜ਼ਰੀਏ ਨਾਲ ਚੀਜ਼ਾਂ ਨੂੰ ਵੇਖਾਂਗੇ, ਫਨ ਵੀ ਕਰਾਂਗੇ, ਹਰ ਚੀਜ਼ ਕਰਾਂਗੇ। ਸੋ ਹੁਣ ਸਭ ਤੋਂ ਜਿਹੜੀ ਅਹਿਮ ਚੀਜ਼ ਹੈ ਤੁਸੀਂ ਆਪਣੇ ਪਾਸਪੋਰਟ ਦਾ, ਆਪਣੀ ਸਿਹਤ ਦਾ ਖਾਸ ਖਿਆਲ ਰੱਖਣਾ। ਤੁਸੀਂ ਜੋ ਕਹੋਗੇ, ਜਿੱਦਾਂ ਕਹੋਗੇ, ਤੁਹਾਡੇ ਖਾਣ ਪੀਣ ਲਈ ਹਰ ਚੀਜ਼ ਮੁਯੱਸਰ ਹੈ। ਤੁਹਾਨੂੰ ਅਗਰ ਕਿੱਥੇ ਡਿਨਰ ਦੇ ਵਿੱਚ ਕੋਈ ਚੀਜ਼ ਚੰਗੀ ਨਹੀਂ ਲੱਗਦੀ, ਤੁਹਾਨੂੰ ਅਸੀਂ ਦੂਸਰੇ ਥਾਂ 'ਤੇ ਲੈ ਜਾਵਾਂਗੇ, ਕੋਈ ਟੈਨਸ਼ਨ ਨਹੀਂ। ਐਸ ਜਿਹੜਾ ਬਲਬੀਰ ਸਿੰਘ ਦਾ ਕਰੂ ਹੈ, ਐਕਸਟਰਾ ਤੁਹਾਡੇ ਨਾਲ ਹੈ। ਸਭ ਦਾ ਬਹੁਤ ਸ਼ੁਕਰੀਆ। ਮੈਂ ਉਮੀਦ ਕਰਦਾ ਹਾਂ ਕਿ ਅਸੀਂ ਵਧੀਆ ਹੀ ਕਰਨ ਦੀ ਕੋਸ਼ਿਸ਼ ਕਰਾਂਗੇ ਔਰ ਤੁਹਾਨੂੰ ਸਭ ਪਸੰਦ ਆਏਗਾ। ਬਹੁਤ ਸ਼ੁਕਰੀਆ। ਪੈਦਾ ਵੀ ਨਹੀਂ ਹੋਏ ਸੀ, ਇਹ ਉਦੋਂ ਗੋਲ ਕਰਦੇ ਸੀ। ਇੰਡੀਅਨ ਟੀਮ ਵਾਸਤੇ ਪਤਾ ਕਿੰਨੇ ਗੋਲ ਕੀਤੇ ਨੇ ਔਰ ਤਕਰੀਬਨ 79 ਦਾ ਵਰਲਡ ਕੱਪ ਇਹਦਾ ਹੀ ਹੈ ਜੀ। 79 ਦਾ ਵਰਲਡ ਕੱਪ ਵੀ ਇੰਡੀਆ ਵਾਸਤੇ, 78 ਦਾ ਏਸ਼ੀਅਨ ਕੱਪ, 78 ਦਾ ਏਸ਼ੀਅਨ ਕੱਪ ਵੀ ਇੰਡੀਆ ਵਾਸਤੇ ਖੇਡ ਚੁੱਕੇ ਨੇ। ਏਸ਼ੀਅਨ ਗੇਮ ਵੀ ਇਸ ਤੋਂ ਇਲਾਵਾ ਮਤਲਬ ਕਾਫੀ ਜ਼ਿਆਦਾ ਟਾਈਟਲਸ ਨੇ, ਮੈਨੂੰ ਪਤਾ ਵੀ ਨਹੀਂ ਹੈ। ਸੋ ਮਤਲਬ ਇਹਨਾਂ ਦਾ ਬਹੁਤ ਬਹੁਤ ਆਪਾਂ ਧੰਨਵਾਦ ਕਰਦੇ ਹਾਂ ਕਿ ਅੱਜ ਸਾਡੇ ਨਾਲ ਮੌਜੂਦ ਨੇ। ਆਪਾਂ ਕੋਸ਼ਿਸ਼ ਕਰ ਰਹੇ ਹਾਂ ਕਿ ਕੋਈ ਇੱਥੇ ਪਾਕਿਸਤਾਨ ਦੇ ਵਿੱਚ ਜਿਹੜਾ ਇਹਨਾਂ ਨਾਲ ਪਾਕਿਸਤਾਨ ਦੀ ਟੀਮ ਵਰਲਡ ਕੱਪ ਖੇਡਿਆ ਜਿਹੜੇ ਬੰਦਿਆਂ ਨੇ ਉਹਨਾਂ ਨੂੰ ਆਪਾਂ ਲੱਭਣ ਦੀ ਕੋਸ਼ਿਸ਼ ਕਰ ਰਹੇ ਹਾਂ, ਅੱਜ ਤੱਕ ਲੱਭ ਨਹੀਂ ਰਿਹਾ। ਅਨਾਊਂਸਮੈਂਟ ਨਾਲ ਸ਼ਾਇਦ ਲੱਭ ਜਾਵੇ, ਸ਼ਾਇਦ ਵੀਡੀਓ ਬਣ ਰਹੀ ਹੈ, ਉਹ ਯੂਟਿਊਬ 'ਤੇ ਆ ਜਾਵੇ ਅਤੇ ਸ਼ਾਇਦ ਕੋਈ ਸਾਡੇ ਨਾਲ ਉਹ ਲੋਕ ਸੰਪਰਕ ਕਰ ਸਕੇ। ਸਤਿ ਸ਼੍ਰੀ ਅਕਾਲ ਜੀ, ਅਤੇ ਜਿਹੜੇ ਮੇਰੇ ਇੱਥੋਂ ਦੇ ਵੀਰ ਉਹਨਾਂ ਨੂੰ ਸਵਾਲ ਲਾਇਆ ਤੂੰ, ਅਤੇ ਮੇਰਾ ਨਾਂ ਹੈ ਹਰਦਿਆਨ ਸਿੰਘ ਔਲੇ, ਮੈਂ ਸੈਕਰਾਮੈਂਟੋ ਤੋਂ ਆਇਆ। ਪਰ ਮੈਂ ਤੁਹਾਨੂੰ ਦੱਸ ਦਿਆਂ ਕਿ ਆਈ ਐਮ ਦਾ ਓਲਡੈਸਟ ਮੈਂਬਰ ਆਫ ਦਿਸ ਗਰੁੱਪ। ਮੇਰਾ ਜਨਮ ਇੱਥੋਂ ਦਾ ਹੈ, ਪਿੰਡ ਕੰਗ, ਡਿਸਟ੍ਰਿਕਟ ਫੈਸਲਾਬਾਦ, ਅਤੇ ਬਾਕੀ ਮੇਰੀ ਜਿਹੜੀ ਪਰਵਰਿਸ਼ ਹੈ ਉਹ ਗੁਲਾਲੀਪੁਰ ਪਿੰਡ ਹੋਈ। ਅਤੇ ਮੇਰੇ ਵਾਸਤੇ ਬਹੁਤ ਜ਼ਰੂਰੀ ਸੀ ਇੱਥੇ ਆਉਣਾ। ਮੈਂ ਮੇਰੇ ਨੈਫਿਊ ਕਰਨ ਨੇ ਮੈਨੂੰ ਕਿਹਾ ਵੀ ਚਲੀ ਆਪਾਂ, ਅਤੇ ਮੈਂ ਕਿਉਂਕਿ ਇਕੱਲਾ ਸੀ, ਉਮਰ ਜ਼ਿਆਦਾ ਡਰ ਲੱਗਦਾ ਸੀ, ਮੈਂ ਉਹਨਾਂ ਬਹੁਤ
ਸ਼ੁਕਰੀਆ ਕਰਦਾ ਕਿ ਉਹਨਾਂ ਨੇ ਮੈਨੂੰ ਲੈ ਕੇ ਆਏ ਨੇ ਅਤੇ ਬਾਕੀ ਜਦੋਂ ਤੋਂ ਅਸੀਂ ਸਾਡਾ ਪਲੇਨ ਇੱਥੇ ਲਗਭਗ ਉਤਰਿਆ ਅੰਗਰੇਜ਼ੀ ਦੇ ਵਿੱਚ ਕਹਿੰਦੇ ਨੇ ਕਿ ਓਵਰਵੈਲਮਿੰਗ ਵੈਲਕਮ ਸਾਨੂੰ ਰੀਅਲੀ ਓਵਰਵੈਲਮਿੰਗ ਵੈਲਕਮ ਮਿਲਿਆ ਅਤੇ ਮੈਂ ਉਮੀਦ ਕਰਦਾ ਕਿ ਸਾਡਾ ਸਫ਼ਰ ਵੀ ਨਿਕਲ ਲੱਗੇਗਾ ਸਾਰਿਆਂ ਨੂੰ ਥੈਂਕ ਯੂ ਮੈਂ ਇੱਕ ਹੋਰ ਗੱਲ ਦੱਸਦਿਆਂ ਜੀ ਇੱਕ ਰਤਾਇਆ ਜੀ ਹਨ ਅਤੇ ਇਹਨਾਂ ਦੀ ਬਹੁਤ ਰੀਸ ਸੀ ਆਪਣੇ ਜੱਦੀ ਪਿੰਡ ਆਉਣ ਦੀ ਸਿਹਤ ਦੀ ਤਰਫੋਂ ਇੰਨੇ ਠੀਕ ਨਹੀਂ ਰਹਿੰਦੇ ਕਿ ਇਹਨਾਂ ਦੇ ਪੇਸ ਮੇਕਰ ਵਿਆਹ ਹੋਇਆ ਹੈ ਪਰ ਫਿਰ ਵੀ ਇਹਨਾਂ ਦੀ ਬੇਟੀ ਡਾਕਟਰ ਦੀ ਸਾਰੀ ਫੈਮਿਲੀ ਤੁਹਾਡੇ ਉਹ ਇਹਨਾਂ ਦੇ ਅਗੇਂਸਟ ਸੀਗੇ ਕਿ ਨਹੀਂ ਤੁਸੀਂ ਨਹੀਂ ਜਾਣਾ ਉੱਥੇ ਬਿਮਾਰ ਹੋ ਜਾਓਗੇ ਪਰ ਨਹੀਂ ਇਹ ਕਹਿੰਦੇ ਮੈਂ ਇਸ ਦੁਨੀਆਂ ਨੂੰ ਛੱਡਣ ਤੋਂ ਪਹਿਲਾਂ ਇੱਕ ਵਾਰੀ ਆਪਣਾ ਉਹ ਪਿੰਡ ਜ਼ਰੂਰ ਦੇਖ ਕੇ ਆਉਣਾ ਵੀ ਜਿੱਥੇ ਮੈਂ ਜੰਮਿਆ ਸੀ ਅਤੇ ਜਿੱਥੇ ਮੈਂ ਪੜ੍ਹਿਆ ਸੀ ਜਿੱਥੇ ਮੈਂ ਸਕੂਲ ਗਿਆ ਸੀ ਚੱਕ 72 ਜੇ ਬੀ ਅਤੇ ਚੱਕ 19 ਜਿੱਥੇ ਇਹ ਸਕੂਲ ਪੜ੍ਹਦੇ ਸੀ ਅਤੇ ਇਹਨਾਂ ਦੀ ਖੁਆਇਸ਼ ਪੂਰੀ ਕਰਨ ਵਾਸਤੇ ਇਹ ਜਿਹੜੇ ਮੇਰੇ ਵੀਰਾਂ ਨੇ ਦਿੱਤਾ ਹੈ ਸਾਥ ਇਹਨਾਂ ਦਾ ਮੈਂ ਕਿਸੇ ਤਰ੍ਹਾਂ ਵੀ ਧੰਨਵਾਦ ਨਹੀਂ ਕਰ ਸਕਦਾ ਥੈਂਕ ਯੂ ਥੈਂਕ ਯੂ ਅਸੀਂ ਇੱਕ ਦਿਨ ਪੂਰਾ ਮੁਕੰਮਲ ਰੱਖਿਆ ਹੋਇਆ ਹੈ ਕਿ ਅਸੀਂ ਤੁਹਾਨੂੰ ਤੁਹਾਡੇ ਪਿੰਡਾਂ 'ਚ ਲੈ ਕੇ ਜਾਵਾਂਗੇ ਹੁਣ ਅਸੀਂ ਜਲਦੀ ਜਲਦੀ ਲੰਚ ਕਰਨਾ ਹੈ ਕਿਉਂਕਿ ਤੁਹਾਨੂੰ ਬਹੁਤ ਜ਼ਬਰਦਸਤ ਚੀਜ਼ਾਂ ਆਪਾਂ ਕਿਲੇ ਦੇ ਇੱਕ ਵੱਖਰੀ ਨਜ਼ਰੀਏ ਨਾਲ ਇਤਿਹਾਸ ਦੇ ਨਾਲ ਭਰਪੂਰ ਚੀਜ਼ਾਂ ਵਿਖਾੜੀਆਂ ਨੇ ਲਓ ਜੀ ਸਾਡਾ ਲੰਚ ਦਾ ਜਿਹੜਾ ਸਮਾਂ ਹੈ ਉਹ ਤਾਂ ਹੋ ਗਿਆ ਸ਼ੁਰੂ ਆਪਣੇ ਸਾਰੇ ਵੀਰ ਲੱਗੇ ਆ ਲੰਚ 'ਤੇ ਅਤੇ ਕਿਉਂਕਿ ਕੱਲ੍ਹ ਰਾਤ ਨੂੰ ਬਹੁਤ ਸਾਰੇ ਲੋਕ ਬਾਏ ਏਅਰ ਪਹੁੰਚੇ ਬਹੁਤ ਸਾਰੇ ਲੋਕ ਨੈਕਸਟ ਡੇ ਨੂੰ ਜਿਹੜਾ ਹੈ ਵਾਹਗਾ ਬਾਰਡਰ ਰਾਹੀਂ ਪਹੁੰਚੇ ਸੋ ਸਾਰਿਆਂ ਨੂੰ ਆਪਾਂ ਇਕੱਠਾ ਕਰ ਲਿਆ ਅਤੇ ਹੁਣ ਆਪਾਂ ਕਰਦੇ ਹਾਂ ਲੰਚ ਤੁਸੀਂ ਸਾਡੀਆਂ ਰਾਤ ਨੂੰ ਪਹੁੰਚਣ ਦੀਆਂ ਜਿਹੜੀਆਂ ਸਾਡੇ ਕੋਲ ਯਾਦਾਂ ਮੌਜੂਦ ਨੇ ਚੂੰਕਿ ਇਹ ਯਾਦਾਂ ਇਹਨਾਂ ਤੱਕ ਵੀ ਆਪਾਂ ਪਹੁੰਚਾਉਣੀਆਂ ਤੁਸੀਂ ਉਹ ਵੇਖੋ ਅਤੇ ਆਪਾਂ ਲੰਚ ਕਰਦੇ ਹਾਂ ਬਹੁਤ ਸਾਰੀਆਂ ਗੱਲਾਂ ਬਾਤਾਂ ਜਮਰੋਤ ਕਲੱਬ ਦੇ ਕਾਨਫਰੰਸ ਦੀਆਂ ਉਹ ਅਸੀਂ ਨਹੀਂ ਲਾ ਸਕਦੇ ਉਹਦੀਆਂ ਵਜੂਹਾਂ ਇਹ ਹੈਗੀਆਂ ਕਿ ਬਹੁਤ ਸਾਰੇ ਸਾਡੇ ਆਉਣ ਵਾਲੇ ਪਲੈਨਿੰਗਸ ਜਿਹੜੀਆਂ ਨੇ ਉਹ ਆਪਾਂ ਸੋਸ਼ਲ ਮੀਡੀਆ ਦੇ ਉੱਪਰ ਨਹੀਂ ਪਾਉਂਦੇ ਕਿਉਂਕਿ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਹੈ ਉਹ ਕਹਿੰਦੇ ਨਾ ਪਿੰਡ ਵਸਿਆ ਨਹੀਂ ਅਤੇ ਮੰਗਣ ਵਾਲੇ ਪਹਿਲੇ ਆ ਜਾਂਦੇ ਸੋ ਇੱਦਾਂ ਹੁੰਦਾ ਕਿ ਬਹੁਤ ਸਾਰੀਆਂ ਫਿਰ ਪ੍ਰੋਬਲਮਸ ਹੋ ਜਾਂਦੀਆਂ ਨੇ ਲੇਕਿਨ ਜਿੱਦਾਂ ਜਿੱਦਾਂ ਅਗਲੇ 14 ਦਿਨ ਤੁਸੀਂ ਸਾਡੇ ਨਾਲ ਟੁਰੋਗੇ ਕਿਉਂਕਿ ਬਹੁਤ ਸਾਰੀਆਂ ਸਾਡੀਆਂ ਮੁਲਾਕਾਤਾਂ ਨੇ ਗਵਰਨਰ ਸਾਹਿਬ ਦੇ ਨਾਲ ਇੰਟੀਰੀਅਰ ਮਿਨਿਸਟਰੀ ਦੇ ਨਾਲ ਉਹ ਹੁਣ ਮੁਲਾਕਾਤਾਂ ਕਿਉਂ ਨੇ ਉਹ ਵੀ ਤੁਹਾਨੂੰ ਆਹਿਸਤਾ ਆਹਿਸਤਾ ਆਪਾਂ ਦੱਸਾਂਗੇ ਇਨ ਦਾ ਫਿਊਚਰ ਬਹੁਤ ਸਾਰੇ ਪਲੈਨਸ ਨੇ ਜਮਰੋਤ ਕਲੱਬ ਦੇ ਉਹ ਵੀ ਅਸੀਂ ਆਪ ਜੀ ਦੇ ਰੂਬਰੂ ਕਰਾਂਗੇ ਸੋ ਇਸ ਵੇਲੇ ਸਾਡੀ ਸਾਰੀ ਜਿਹੜੀ ਜਮਰੋਤ ਕਲੱਬ ਦਾ ਹੈ ਉਹ ਲੰਚ ਦੇ ਵਿੱਚ ਮਸਰੂਫ ਨੇ ਸੋ ਜਿੱਦਾਂ ਹੀ ਲੰਚ ਤੋਂ ਫਾਰਗ ਹੁੰਦੇ ਹਾਂ ਤੁਸੀਂ ਆਪ ਸਾਡੀ ਅਗਲੀ ਵੀਡੀਓਜ਼ ਦੇ ਵਿੱਚ ਜ਼ਰੂਰ ਵੇਖੋਗੇ ਇਹ ਵੀਡੀਓ ਮੈਂ ਇੱਥੇ ਖਤਮ ਕਰ ਰਿਹਾ ਅਗਲੀ ਵੀਡੀਓ ਦੇ ਵਿੱਚ ਆਪਾਂ ਜਾਵਾਂਗੇ ਜੀ ਸ਼ਾਹੀ ਕਿਲੇ ਔਰ ਗੁਰਦੁਆਰਾ ਡੇਰਾ ਸਾਹਿਬ ਚੂੰਕਿ ਸ਼ੁਰੂਆਤ ਦੀ ਇੱਕ ਅਰਦਾਸ ਕਰਨੀ ਹੈ ਕਿ ਮਾਲਕ ਆਪਣੀਆਂ ਰਹਿਮਤਾਂ ਸਦਕਾ ਆਪਣੀਆਂ ਬਖਸ਼ਾਂ ਸਦਕਾ ਆਪਣਾ ਮਿਹਰ ਭਰਿਆ ਹੱਥ ਸਾਡੇ ਸਿਰ 'ਤੇ ਰੱਖੇ ਤਾਂ ਕਿ ਜੋ ਸਾਡੇ ਡ੍ਰੀਮਸ ਨੇ ਉਹਨਾਂ ਨੂੰ ਆਪਾਂ ਮੁਕੰਮਲ ਕਰ ਸਕੀਏ ਸੋ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ